ਨਿਊਜ਼। ਸੂਬੇ ਦੀ ਕਾਨੂੰਨ ਵਿਵਸਥਾ ਤੇ ਫਿਰ ਤੋਂ ਸਵਾਲ ਉੱਠਿਆ, ਫਿਰ ਤੋਂ ਇੱਕ ਵੱਡਾ ਸਵਾਲ ਉੱਠਿਆ। ਮੋਹਾਲੀ ਦੀ ਗੱਲ ਕਰੀਏ ਤਾਂ ਲੁੱਟ ਦੀ ਵਾਰਦਾਤ ਜਿਹੜੀ ਹੈ ਇੱਥੇ ਸਾਹਮਣੇ ਆਈ ਹੈ। ਜਿੱਥੇ ਚੰਡੀਗੜ੍ਹ ਦੇ ਵਿੱਚ ਤਾਬੜਤੋੜ ਗੋਲੀਆਂ ਚੱਲੀਆਂ ਨੇ, ਉੱਥੇ ਹੀ ਮੋਹਾਲੀ ਦੇ ਵਿੱਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਪੈਟਰੋਲ ਪੰਪ 'ਤੇ 25,000 ਦੀ ਨਕਦੀ ਲੁੱਟੀ ਗਈ ਹੈ, ਅਤੇ ਪਹਿਲਾਂ ਮਸਲਾ ਨਹੀਂ ਹੈ ਕੋਈ ਜਦੋਂ ਪੈਟਰੋਲ ਪੰਪ 'ਤੇ ਕਰਿੰਦਿਆਂ ਤੋਂ ਪੈਸੇ ਲੁੱਟੇ ਗਏ ਹੋਣ, ਅਤੇ ਫਿਲਹਾਲ ਮੋਹਾਲੀ ਦੇ ਵਿੱਚ ਇਹ ਲੁੱਟ ਦਾ ਸਾਹਮਣੇ ਆਉਣਾ ਵੱਡਾ ਸਵਾਲ ਹੈ। ਮੋਹਾਲੀ ਸਥਿਤ ਲਾਲੜੂ ਪੈਟਰੋਲ ਪੰਪ 'ਤੇ ਇਹ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਆਪਣੇ ਆਪ ਦੇ ਵਿੱਚ ਹੀ ਗੰਭੀਰ ਮੁੱਦਾ ਦੇਖਿਆ ਜਾਵੇ, ਪਹਿਲੇ ਹਸਪਤਾਲ 'ਚ ਗੋਲੀਆਂ ਚੱਲਣਾ, ਫਿਰ ਮੋਹਾਲੀ ਦੇ ਇੱਕ ਪੈਟਰੋਲ ਪੰਪ 'ਤੇ ਲੁੱਟ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇਣਾ। ਕਿੱਦਾਂ ਨਕਾਬਪੋਸ਼ ਲੁਟੇਰੇ ਆਉਂਦੇ ਨੇ, ਦਬੋਚ ਲੈਂਦੇ ਨੇ ਪੈਟਰੋਲ ਪੰਪ ਦੇ ਕਰਿੰਦਿਆਂ ਨੂੰ ਔਰ ਉੱਥੋਂ ਦੀ ਨਕਦੀ ਲੈ ਕੇ ਉਹ ਫਰਾਰ ਹੋ ਜਾਂਦੇ ਨੇ। ਯਾਨੀ ਕਿ ਆਸੇ ਪਾਸੇ ਕੋਈ ਨਹੀਂ, ਕੋਈ ਪ੍ਰਸ਼ਾਸਨ ਨਹੀਂ, ਕੋਈ ਪੁਲਿਸ ਨਹੀਂ, ਸਿਰਫ ਝੂਠੇ ਦਾਅਵੇ ਕੀਤੇ ਜਾਂਦੇ ਨੇ ਆਮ ਜਿਹੜੇ ਵਿਅਕਤੀ ਨੇ, ਆਮ ਜਨਤਾ ਦੀ ਸੁਰੱਖਿਆ ਦੇ। ਪੈਟਰੋਲ ਪੰਪ ਤੋਂ ਜਿਹੜੇ ਲੁੱਟੇ ਗਏ ਨੇ 25,000 ਰੁਪਏ, ਮੋਹਾਲੀ ਦੇ ਇੱਕ ਵੱਡੀ ਜਿਹੜੀ ਹੈ ਵਾਰਦਾਤ ਦੇਖਣ ਨੂੰ ਮਿਲੀ ਹੈ। ਕੁਝ ਹੀ ਦੇਰ ਪਹਿਲਾਂ ਸੈਕਟਰ 32 ਦੇ ਸਰਕਾਰੀ ਹਸਪਤਾਲ ਦੇ ਵਿੱਚ ਗੋਲੀਆਂ ਚੱਲੀਆਂ ਨੇ, ਅਤੇ ਦੂਜੀ ਘਟਨਾ ਲੁੱਟ ਦੀ, ਇੱਕ ਦਿਨ ਦੇ ਵਿੱਚ ਹੀ ਦੋ ਖਬਰਾਂ। ਬਿਲਕੁਲ ਵੱਡਾ ਸਵਾਲ, ਬਹੁਤ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ। ਇਸ ਲਈ ਸਾਡੇ ਨਾਲ ਪੱਤਰਕਾਰ ਮੌਜੂਦ ਨੇ ਲਗਾਤਾਰ, ਔਰ ਤਸਵੀਰ ਅਸੀਂ ਦਰਸ਼ਕਾਂ ਨੂੰ ਪਹਿਲਾਂ ਵਿਖਾ ਰਹੇ ਹਾਂ। ਤਸਵੀਰ ਜਿਹੜੀ ਹੈ ਉਹ ਪੈਟਰੋਲ ਪੰਪ 'ਤੇ ਜਿਸ ਤਰੀਕੇ ਦੇ ਨਾਲ ਕਰਿੰਦਿਆਂ ਤੋਂ 25,000 ਦੀ ਲੁੱਟ ਕੀਤੀ ਗਈ। ਗੱਲ ਮਸਲਾ 25,000 ਦਾ ਨਹੀਂ ਹੈ ਸ਼ਾਇਦ, ਮਸਲਾ ਇਹ ਹੈ ਕਿ ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈਗਾ ਤਾਂ ਉਸ ਨੂੰ ਲੈ ਕੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਕੌਣ ਜ਼ਿੰਮੇਵਾਰ ਹੈ, ਔਰ ਖਾਸ ਤੌਰ 'ਤੇ ਕਰਿੰਦਿਆਂ 'ਤੇ ਹਮਲਾ ਵੀ ਹੋ ਸਕਦਾ, ਉਹਨਾਂ ਦੀ ਜਾਨ ਵੀ ਜਾ ਸਕਦੀ ਹੈ, ਸਭ ਤੋਂ ਵੱਡਾ ਮਸਲਾ ਹੈ। ਲਗਾਤਾਰ ਸਾਡੇ ਨਾਲ ਜਤਿੰਦਰ ਸੱਭਰਵਾਲ ਮੌਜੂਦ ਨੇ, ਉਹਨਾਂ ਦੇ ਕੋਲ ਚੱਲਦੇ ਹਾਂ। ਜਤਿੰਦਰ, ਜਾਣਨਾ ਚਾਹਾਂਗੇ ਮੋਹਾਲੀ ਦੀ ਗੱਲ ਕਰੀਏ ਜਿੱਥੇ ਨਸ਼ੇ ਦੇ ਨਾਲ ਨੌਜਵਾਨ ਫੜੇ ਜਾਂਦੇ ਨੇ, ਜਿੱਥੇ ਬਹੁਤ ਵੱਡੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ, ਉੱਥੇ ਪੈਟਰੋਲ ਪੰਪ 'ਤੇ ਲੁੱਟ ਵੀ ਹੋ ਰਹੀ ਹੈ। ਮੋਹਾਲੀ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਚੰਡੀਗੜ੍ਹ ਪੁਲਿਸ ਦੀ ਤਰਸ 'ਤੇ ਮੋਹਾਲੀ ਪੁਲਿਸ ਕੰਮ ਕਰਦੀ ਹੈ, ਪਰ ਕੀ ਕੁਝ ਹਾਲਾਤ ਨੇ ਅਸੀਂ ਵੇਖ ਪਾ ਰਹੇ ਹਾਂ। ਤਾਂ ਬਹੁਤ ਵੱਡਾ ਸਵਾਲ ਹੈ ਜਤਿੰਦਰ, ਜਾਣਨਾ ਚਾਹਾਂਗੇ ਤੁਹਾਡੇ ਤੋਂ, ਕਿਉਂਕਿ ਖਾਸ ਤੌਰ 'ਤੇ ਅਗਰ ਗੱਲ ਕੀਤੀ ਜਾਵੇ ਤਾਂ ਵੱਡਾ ਮਸਲਾ ਇਹ ਨਹੀਂ ਹੈ ਮਨਪ੍ਰੀਤ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਹੈਗਾ ਕਿ 25,000 ਲੁੱਟੇ ਨੇ ਜਾਂ ਫਿਰ 50,000 ਲੁੱਟੇ ਨੇ, ਮਸਲਾ ਇਹ ਕਿ ਕਰਿੰਦਿਆਂ 'ਤੇ ਹਮਲਾ ਵੀ ਹੋ ਸਕਦਾ, ਔਰ PCR ਵੈਨ ਦਾ ਕਿਹਾ ਜਾਂਦਾ ਜਿਸ ਤਰ੍ਹਾਂ ਚੰਡੀਗੜ੍ਹ ਹੈਗਾ, ਲਾਗੇ ਲਾਗੇ ਹੈਗੇ ਦੋਨੋਂ, ਤਾਂ ਉਹਨੂੰ ਲੈ ਕੇ ਹਮੇਸ਼ਾ ਤੋਂ ਪੁਲਿਸ ਸੁਰੱਖਿਆ ਤੈਨਾਤ ਹੁੰਦੀ ਹੈਗੀ ਹੈ, ਪਰ ਫਿਰ ਵੀ ਉਸਦੇ ਮੁਤਾਬਿਕ ਜਿਸ ਤਰੀਕੇ ਦੇ ਨਾਲ ਬੇਸ਼ੱਕ ਰਾਤ ਦੇ ਹਨੇਰੇ ਵਿੱਚ ਲੁੱਟ ਦੀ ਵਾਰਦਾਤ ਹੁੰਦੀ, ਪਰ ਫਿਰ ਬਹੁਤ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ। ਗੁਰਜੀਤ, ਇਹ ਕੋਈ ਨਵਾਂ ਮਾਮਲਾ ਨਹੀਂ ਹੈ, ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਕਈ ਵਾਰ ਪੈਟਰੋਲ ਪੰਪ ਦੇ ਕਰਿੰਦਿਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ, ਹਥਿਆਰਾਂ ਦੇ ਨਾਲ ਲੈਸ ਹੋ ਕੇ ਲੁਟੇਰੇ ਆਉਂਦੇ ਨੇ, ਉਹਨਾਂ ਨੂੰ ਕਿਸੇ ਵੀ ਹਾਲਤ ਹੁੰਦਾ ਕਿ ਉਹ ਲੁੱਟ ਲੈਣ ਔਰ ਚਲੇ ਜਾਣ, ਜਾਨ ਮਾਲ ਦਾ ਨੁਕਸਾਨ ਹੋਇਆ। ਕਿੰਨੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਦੇਖਿਆ ਜਾਵੇ, ਇੱਕ ਤੋਂ ਬਾਅਦ ਇੱਕ ਹਰ ਦਿਨ ਨਵੀਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ, ਕਈਆਂ ਦੀ ਮੌਤ ਹੁੰਦੀ ਹੈ। ਆਮ ਜਨਤਾ ਦੇਖਿਆ ਜਾਵੇ ਕਿੱਥੇ ਸੁਰੱਖਿਅਤ ਹੈ। ਬਿਲਕੁਲ, ਪੰਜਾਬ ਦੇ ਵਿੱਚ ਜੀ ਲਗਾਤਾਰ ਸਾਡੇ ਨਾਲ ਜਤਿੰਦਰ ਸੱਭਰਵਾਲ ਮੌਜੂਦ ਨੇ, ਉਹਨਾਂ ਦੇ ਕੋਲ ਚੱਲਦੇ ਹਾਂ। ਜਤਿੰਦਰ, ਜੇਕਰ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ, ਜਾਣਨਾ ਚਾਹਾਂਗੇ ਪੁਲਿਸ ਪ੍ਰਸ਼ਾਸਨ ਕੀ ਕੁਛ ਕਰ ਰਿਹਾ। ਮੋਹਾਲੀ ਪੁਲਿਸ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਸੁਰੱਖਿਅਤ ਨੇ ਸਭ, ਕਿਉਂਕਿ ਉੱਥੇ ਜਿਹੜੇ ਲੋਕ ਆਉਂਦੇ ਨੇ ਬਹੁਤ ਜ਼ਿਆਦਾ ਬਾਹਰੋਂ ਲੋਕ ਆਏ ਹੋਏ ਨੇ, ਬੇਸ਼ੱਕ ਉਹ ਪੜ੍ਹਨ ਦੇ ਲਈ ਆਏ ਹੋਣ ਜਾਂ ਨੌਕਰੀ ਪੇਸ਼ਾ ਹੋਣ। ਦੇਖੋ ਗੁਰਜੋਤ, ਵੱਡੀ ਗੱਲ ਹੈ ਕਿ ਜਿਹੜਾ ਇਹ ਲੁੱਟ ਹੋਈ ਆ ਇਹ ਲਾਲੜੂ 'ਚ ਹੋਈ ਆ। ਲਾਲੜੂ ਨੈਸ਼ਨਲ ਹਾਈਵੇ 'ਤੇ ਪੈਂਦਾ ਵਾ ਪਿੰਡ ਸਰਸੀਨੀ, ਜੋ ਕਿ ਬਿਲਕੁਲ ਅੰਬਾਲਾ ਦੇ ਨਾਲ ਹੱਦ ਦੇ ਨਾਲ ਸਥਿਤ ਹੈਗਾ। ਵੱਡੀ ਗੱਲ, ਇੱਥੇ ਕਾਲਜ ਵੀ ਆ, ਯੂਨੀਵਰਸਿਟੀਜ਼ ਵੀ ਆ ਨਾਲ, ਆਸ ਪਾਸ ਬੱਚੇ ਪੜ੍ਹਦੇ ਨੇ, ਔਰ ਵੱਡੀ ਗੱਲ ਹੈ ਕਿ ਅੰਬਾਲਾ ਵੀ ਨਾਲ ਲੱਗਦਾ ਵਾ। ਔਰ ਇਹ ਜਿਹੜੀ ਲੁੱਟ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਵਾ, ਇਹ ਨੌਜਵਾਨ ਆ, ਤਿੰਨ ਨੌਜਵਾਨ ਆ, ਔਰ ਆਣ ਕੇ ਇਹ ਜਿਹੜਾ ਪੈਟਰੋਲ ਪੰਪ ਆ ਉਸਦੇ ਉੱਤੇ ਧਾਵਾ ਬੋਲ ਦਿੰਦੇ ਨੇ।
ਕਿਉਂਕਿ ਮਿਲਦਾ ਇਹਨਾਂ ਨੂੰ ਸਿਰਫ ਉੱਤੇ 25,000 ਕੈਸ਼ ਆ, ਕਿਉਂਕਿ ਜੇ ਲੁੱਟ ਦੀ ਵਾਰਦਾਤ ਵੱਧ ਵੀ ਹੋ ਸਕਦੀ ਸੀਗੀ ਕਿਉਂਕਿ ਬਾਕੀ ਕੈਸ਼ ਜਿਹੜਾ ਸੀਗਾ ਕੈਸ਼ੀਅਰ ਨੇ ਜਮ੍ਹਾਂ ਕਰਾ ਦਿੱਤਾ ਸੀਗਾ, ਜਿਹੜੇ ਲੱਖਾਂ ਰੁਪਈਆ ਦਿਨ ਦੇ ਕੈਸ਼ ਹੋਏ ਸਨ। ਇਸ ਲਈ ਰਾਤ ਦੀ ਜਿਹੜੀ ਵਾਰਦਾਤ ਆ ਔਰ ਜਿਹੜੇ ਇਹ ਤਿੰਨ ਨੌਜਵਾਨ ਆਏ ਇਹਨਾਂ ਦੇ ਕੋਲ ਇੱਕ ਦੇ ਕੋਲ ਪਿਸਤੌਲ ਸੀਗਾ, ਇੱਕ ਦੇ ਕੋਲ ਚਾਕੂ ਸੀਗਾ ਔਰ ਤੀਸਰਾ ਜਿਹੜਾ ਯੁਵਕ ਹੈਗਾ ਵਾ ਉਸਨੇ ਉਹਨਾਂ ਨੂੰ ਜੱਫਾ ਪਾਇਆ। ਈਵਨ ਕਿ ਜਿਹੜਾ ਉੱਥੇ ਕਰਮਚਾਰੀ ਤਨਾ ਸੀਗਾ ਉਸਨੇ ਬਰਾਬਰ ਮੁਕਾਬਲਾ ਵੀ ਕੀਤਾ, ਸ਼ੀਸ਼ਾ ਵੀ ਟੁੱਟਿਆ ਔਰ ਉਹ ਜ਼ਖਮੀ ਵੀ ਹੋਇਆ ਔਰ CCTV ਦੇ ਵਿੱਚ ਜਿਹੜੀਆਂ ਤਸਵੀਰਾਂ ਉਹ ਕੈਦ ਵੀ ਹੋਈਆਂ, ਪਰ ਫਿਰ ਵੀ ਲੁਟੇਰੇ ਜਿਹੜੇ ਆ ਜੋ ਹੱਥ ਲੱਗਿਆ 25,000 ਲੈ ਕੇ ਫਰਾਰ ਹੋ ਗਏ। ਇੱਥੋਂ ਦੀ ਇਹ ਜ਼ਾਹਿਰ ਹੋ ਰਿਹਾ ਕਿ ਲਾਅ ਐਂਡ ਆਰਡਰ ਜਿਹੜਾ ਵਾ ਉਹ ਖਤਮ ਹੁੰਦਾ ਜਾ ਰਿਹਾ ਵਾ, ਨੌਜਵਾਨਾਂ ਦੇ ਵਿੱਚ ਬਿਲਕੁਲ ਡਰ ਨਹੀਂ ਰਿਹਾ, ਬੇਰੋਜ਼ਗਾਰੀ ਵੱਧ ਗਈ। ਨੌਜਵਾਨ ਜਿਹੜੇ ਸੀਗੇ, ਤੁਸੀਂ ਤਿੰਨ ਨੌਜਵਾਨਾਂ ਦੀ ਗੱਲ ਕਰ ਰਹੇ ਹੋ, ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਪਤਾ ਸਭ ਨੂੰ ਨਸ਼ੇ 'ਚ ਗਲਤਾਨ ਹੋ ਰਹੀ ਹੈ, ਕਿਤੇ ਨਾ ਕਿਤੇ ਨਸ਼ੇ ਦੀ ਪੂਰਤੀ ਲਈ ਵੀ ਜਿਹੜੀਆਂ ਜ਼ਿਆਦਾ ਲੁੱਟਾਂ ਖੋਹਾਂ ਸਾਹਮਣੇ ਆ ਰਹੀਆਂ ਨੇ, ਖਾਸ ਤੌਰ 'ਤੇ ਤੁਸੀਂ ਦੱਸ ਰਹੇ ਹੋ ਕਿ ਇੱਥੇ ਯੂਨੀਵਰਸਿਟੀਜ਼ ਵੀ ਪੈਂਦੀਆਂ ਹੈਗੀਆਂ ਨੇੜੇ ਤੇੜੇ। ਬਿਲਕੁਲ, ਸਭ ਤੋਂ ਵੱਡੀ ਗੱਲ ਆ ਜੀ, ਤਿੰਨ ਚੀਜ਼ਾਂ ਇਹਦੇ ਲਈ ਜ਼ਿੰਮੇਵਾਰ ਆ। ਇੱਕ, ਜਲਦੀ ਅਮੀਰ ਹੋਣਾ, ਦੂਜਾ ਨਸ਼ਾ, ਤੀਸਰਾ ਬੇਰੁਜ਼ਗਾਰੀ। ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਨੌਜਵਾਨ ਚਾਹੁੰਦੇ ਨੇ ਕਿ ਉਹ ਜਲਦੀ ਅਮੀਰ ਹੋ ਜਾਣ ਜਾਂ ਆਪਣੀ ਨਸ਼ੇ ਦੀ ਪੂਰਤੀ ਕਰਨ, ਕਿਉਂਕਿ ਨਸ਼ਾ ਇੱਕ ਇਹੋ ਜਿਹੀ ਚੀਜ਼ ਆ ਜਿਸ ਵਾਸਤੇ ਕੋਈ ਵੀ ਜਿਹੜਾ ਯੁਵਕ ਆ ਜਿਹੜਾ ਨਸ਼ੇੜੀ ਹੁੰਦਾ ਵਾ ਉਹ ਆਪਣੇ ਮਾਂ ਪਿਓ ਤੱਕ ਦਾ ਕਤਲ ਕਰ ਦਿੰਦਾ। ਇਹ ਤਾਂ ਸਿਰਫ ਇੱਕ ਠੇਕੇ ਦੀ ਲੁੱਟ ਸੀਗੀ। ਕਹਿਣ ਦਾ ਭਾਵ ਹੈ ਕਿ ਨੌਜਵਾਨ ਪੀੜ੍ਹੀ ਨੂੰ ਕੋਈ ਡਰ ਨਹੀਂ ਰਿਹਾ, ਉਹ ਕੋਈ ਵਾਰਦਾਤ ਕਰਨ ਤੋਂ ਪਹਿਲਾਂ ਕੁਛ ਨਹੀਂ ਸੋਚਦੀ। ਇਹ ਇੱਕ ਪ੍ਰਤੱਖ ਤਸਵੀਰ ਹੈਗੀ ਆ ਕਿ ਇੱਕ ਪੰਪ ਦੇ ਉੱਤੇ ਜਾ ਕੇ ਤੁਸੀਂ ਰਾਤ ਨੂੰ ਇੱਕ ਰਿਕੁਐਸਟ ਕਰੋ ਕਿ ਸਾਨੂੰ ਤੇਲ ਪਾ ਦਿਓ, ਪੰਪ ਵਾਲਾ ਕਰਿੰਦਾ ਇਹ ਕਹੇ ਕਿ ਨਹੀਂ ਹੁਣ ਪੰਪ ਬੰਦ ਹੋ ਚੁੱਕਿਆ ਵਾ, ਫਿਰ ਵੀ ਉਹ ਤੇਲ ਪਾਉਣ ਦੀ ਕੋਸ਼ਿਸ਼ ਕਰਦਾ, ਉਸਨੂੰ ਬੰਧਕ ਬਣਾ ਲਿਆ ਜਾਂਦਾ ਔਰ ਉਸ ਨਾਲ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜੋ ਬਹੁਤ ਖਤਰਨਾਕ ਆ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਆਉਣ ਵਾਲੇ ਟਾਈਮ 'ਚ 9 ਵਜੇ ਤੋਂ ਬਾਅਦ ਕੋਈ ਵੀ ਦੁਕਾਨ ਜਾਂ ਕੋਈ ਵੀ ਪੰਪ ਡਰਦਾ ਮਾਰਾ ਕੋਈ ਵੀ ਵਿਅਕਤੀ ਖੋਲਿਆ ਨਹੀਂ ਕਰੂਗਾ, ਕਿਉਂਕਿ ਇਹ ਹਾਈਵੇ ਦੇ ਉੱਤੇ ਸਥਿਤ ਪੰਪ ਹੈਗਾ, ਪਿੰਡ ਸਰਸੀਣੀ 'ਚ ਪੈਂਦਾ ਵਾ ਔਰ ਜਿਹੜੇ ਲੋਕੀ ਹੈਗੇ ਆ ਜਿਹੜੇ ਦੇਰ ਸਵੇਰ ਆਉਂਦੇ ਸੀਗੇ, ਅਗਰ ਪੰਪ ਨੂੰ ਜਲਦੀ ਬੰਦ ਕਰਨਾ ਸ਼ੁਰੂ ਕਰਤਾ ਤਾਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਹੋ ਸਕਦਾ। ਜੇਕਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਜਿਸ ਤਰ੍ਹਾਂ ਦੀਆਂ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਪੈਟਰੋਲ ਪੰਪ ਤੇ, ਪੈਟਰੋਲ ਪੰਪ ਦੇ ਕਰਿੰਦਿਆਂ ਨੂੰ ਜਿਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ, ਜੇਕਰ ਏਦਾਂ ਹੀ ਹਾਲ ਰਿਹਾ, ਏਦਾਂ ਹੀ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੈਟਰੋਲ ਪੰਪ ਪਹਿਲਾਂ ਹੀ ਬੰਦ ਕਰ ਦਿੱਤੇ ਜਾਣ। ਤੁਹਾਨੂੰ ਮੈਂ ਪੁੱਛਣਾ ਚਾਹਾਂਗੀ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਹੋਈ ਹੈ, ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦੇ ਰਹੀ ਹੈ ਇਸ ਵੇਲੇ? ਦੇਖੋ, ਅਸੀਂ ਗੁਰਚਰਨ ਸਿੰਘ ਜਿਹੜੇ ਉੱਥੇ SHO ਆ ਉਹਨਾਂ ਨੇ ਗੱਲ ਕੀਤੀ ਆ, ਉਹਨਾਂ ਦਾ ਇਹ ਕਹਿਣਾ ਕਿ ਸਭ ਤੋਂ ਪਹਿਲਾਂ, ਕਿਉਂਕਿ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਲਾਲੜੂ ਏਰੀਆ ਜਿਹੜਾ ਵਾ ਉੱਥੇ ਕਾਫੀ ਅਪਰਾਧੀ ਤਰ੍ਹਾਂ ਦੇ ਯੁਵਕ ਜਿਹੜੇ ਆ ਉਹ ਰਹਿੰਦੇ ਨੇ, ਕਈ ਯੁਵਕਾਂ ਦੇ ਉੱਤੇ ਮਾਮਲੇ ਦਰਜ ਆ, ਕੁਝ ਗੈਂਗਸਟਰਾਂ ਦੇ ਨਾਲ ਸੰਬੰਧ ਵੀ ਆ ਔਰ ਪੁਲਿਸ ਜਿਹੜੀ ਆ ਥਿਊਰੀ ਦੱਸ ਨਹੀਂ ਰਹੀ। SHO ਦਾ ਇਹ ਕਹਿਣਾ ਵੀ CCTV ਦੀ ਜਿਹੜੀਆਂ ਤਸਵੀਰਾਂ ਵਾ ਉਹ ਸਾਹਮਣੇ ਆਈਆਂ ਵਾ, ਉਹਨਾਂ ਦਾ ਮਿਲਾਨ ਕੀਤਾ ਜਾ ਰਿਹਾ ਵਾ ਜਿਹੜੇ ਯੁਵਕ ਦੇ ਆਸ ਪਾਸ ਜਿਹੜੇ ਰਹਿੰਦੇ ਆ ਉਹਨਾਂ ਦੀ ਪਹਿਚਾਣ ਕਰਕੇ ਵੀ ਆਇਡੈਂਟੀਫਾਈ ਕਰਕੇ ਹੋ ਸਕਦਾ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇ। ਪਰ ਇਹ ਵੀ ਬੜਾ ਵੱਡੀ ਗੱਲ ਹੈਗੀ ਆ ਕਿ ਇਹ ਵੀ ਹੋ ਸਕਦਾ ਵਾ, ਕਿਉਂਕਿ ਯੁਵਕ ਵੱਡੀ ਗੱਲ ਆ ਪੈਦਲ ਆਏ ਸਨ, ਉਹਨਾਂ ਕੋਲ ਕੋਈ ਵਾਹਨ ਨਹੀਂ ਸੀਗਾ, ਪੈਦਲ ਆਉਂਦੇ ਆ ਪੈਦਲ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਚੱਲੇ ਜਾਂਦੇ ਨੇ। ਹੁਣ ਅੱਗੇ ਕੋਈ ਗੱਡੀ ਖੜੀ ਹੋਵੇ ਇਹ ਨਹੀਂ ਕਿਹਾ ਜਾ ਸਕਦਾ, ਪਰ ਅਗਰ ਉਹਨਾਂ ਨੇ ਆਪਣੇ ਚਿਹਰੇ ਢੱਕੇ ਹੋਏ ਨੇ ਪਰ ਪਛਾਣ ਕਰਨੀ ਔਖੀ ਆ। ਪਰ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਯੁਵਕ ਪਹਿਲਾਂ ਇਹੋ ਜਿਹੀ ਵਾਰਦਾਤਾਂ ਵਿੱਚ ਉਹਨਾਂ ਨੂੰ ਹੀ ਪੁਲਿਸ ਰਾਊਂਡ ਅਪ ਕਰਕੇ ਉਹਨਾਂ ਤੋਂ ਇਨਵੈਸਟੀਗੇਸ਼ਨ ਕਰੇ। ਬਹੁਤ ਵੱਡੇ ਸਵਾਲ ਹੈ ਜਤਿੰਦਰ, ਕਿਉਂ ਸੁਰੱਖਿਆ ਜਿਹੜੀ ਹੈ ਉਹ ਪੈਟਰੋਲ ਪੰਪਾਂ ਤੇ, ਖਾਸ ਤੌਰ ਤੇ ਐਮਰਜੈਂਸੀ ਜਿਹੜਾ ਅਲਾਰਮ ਹੈ ਉਹ ਹੋਣਾ ਚਾਹੀਦਾ, ਐਮਰਜੈਂਸੀ ਲੋਕ ਹੋਣਾ ਚਾਹੀਦਾ, ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਹੁਣ
ਖੁੱਲ੍ਹੇਆਮ ਇਹ ਲੁੱਟਾਂ ਖੋਹਾਂ ਹੋਣ ਲੱਗ ਗਈਆਂ ਨੇ। ਕੋਈ ਵੀ ਆਉਂਦਾ ਹੈ ਅਤੇ ਪਿਸਤੌਲ ਦੀ ਨੋਕ 'ਤੇ ਲੁੱਟ ਕਰਕੇ ਚਲਾ ਜਾਂਦਾ, ਉਸਦੇ ਲਈ ਕੋਈ ਜ਼ਿੰਮੇਵਾਰ ਨਹੀਂ ਹੁੰਦਾ। ਉਸ ਤੋਂ ਬਾਅਦ ਲੱਭਦੇ ਰਹਿ ਜਾਂਦੇ ਨੇ ਇਹਨਾਂ ਲੁਟੇਰਿਆਂ ਨੂੰ, ਹਾਲਾਂਕਿ ਲੱਭ ਵੀ ਜਾਂਦੇ ਹੋਣਗੇ ਪਰ ਇੱਕ ਵਾਰ ਤਾਂ ਵਾਰਦਾਤ ਜ਼ਰੂਰ ਹੋ ਜਾਂਦੀ ਹੈ। ਸੋ ਤਸਵੀਰਾਂ ਲਗਾਤਾਰ ਵਿਖਾ ਰਹੇ ਕਿਸ ਤਰ੍ਹਾਂ ਦੇ ਹਾਲਾਤ ਨੇ। ਫਿਲਹਾਲ ਸ਼ੁਕਰੀਆ ਬਹੁਤ ਬਹੁਤ ਜਤਿੰਦਰ ਸਾਡੇ ਨਾਲ ਜੁੜਨ ਦੇ ਲਈ, ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ, ਕਿਉਂਕਿ ਸਵਾਲ ਵਾਕਈ ਬਹੁਤ ਵੱਡੇ ਨੇ ਜਿਸ ਤਰੀਕੇ ਦੇ ਨਾਲ ਇੱਥੇ ਲੁੱਟ ਦੀ ਵਾਰਦਾਤ ਹੋਈ ਹੈ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ ਇੱਕ ਮਡਿਊਲ 'ਚ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ। ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90 419 90 419।